ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ ਜੀ। ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਜੀ। ਇੱਕ ਤਾਜ਼ੀ ਸੂਈ ਆ ਬਾਈ, ਤਿੰਨ ਗੱਬੜਾਂ ਨੇ, ਆਓ ਪੁੱਛ ਲੈਣੇ ਬਾਈ ਤੁਹਾਡੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਹੋਰ ਠੀਕ ਹੋ? ਬਹੁਤ ਵਧੀਆ ਡਾਕਟਰ ਸਾਹਿਬ। ਨਾਮ ਤੇ ਐਡਰੈਸ ਬੋਲ। ਨਾਮ ਡਾਕਟਰ ਸਾਹਿਬ ਬੱਬੂ ਹੈ ਜੀ, ਪਿੰਡ ਸਲਾਬਤਪੁਰਾ, ਜ਼ਿਲ੍ਹਾ ਬਠਿੰਡਾ, ਸੀਲ ਫੂਡ। ਨੇੜੇ ਪਿੰਡ ਬਾਈ? ਨੇੜੇ ਆਪਣੇ ਭਲੌੜ ਹੈਗਾ ਜੀ, ਭਗਤਾ ਭਾਈ ਰੂਪਾ। ਮੋਬਾਈਲ ਨੰਬਰ ਬੋਲ। 7077173717। ਠੀਕ ਹੈ ਬਾਈ। ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ, ਕਿਹੜਾ ਸੂਆ ਸੂਈ ਹੈ? ਡਾਕਟਰ ਸਾਹਿਬ ਪਹਿਲਾ ਸੂਆ ਸੂਈ ਹੈ ਜੀ। ਕਦੋਂ ਸੂਈ ਹੈ ਬਾਈ? ਇਹ ਅੱਜ ਸਵੇਰ ਸੂਈ ਹੈ ਜੀ, 5 ਵਜੇ। ਸਵੇਰ 5? ਹਾਂਜੀ। ਬੱਚਾ ਕੀ ਦੇਤਾ? ਬੱਚੀ ਹੈ ਜੀ, ਬਹੁਤ ਚੰਗੀ। ਬੱਚੀ ਚੰਗੀ ਆ? ਬਹੁਤ ਚੰਗੀ ਬੱਚੀ। ਜੇਰ ਜੂਰ? ਓਕੇ ਆ ਜੀ। ਠੀਕ ਆ, ਇੱਕ ਮਿੰਟ ਦਿਖਾ ਵੀ ਦਿੰਦੇ ਆਪਾਂ ਜੇਰ। ਜੇਰ ਬਾਈ ਕਹਿੰਦਾ ਕੰਪਲੀਟ ਆ। ਠੀਕ ਆ ਬਾਈ, ਓਕੇ ਆ, ਬਹੁਤ ਹੀ ਰੱਖ ਦੋ, ਕੋਈ ਨੀ, ਓਕੇ ਆ। ਕਿੰਨਾ ਕੁ ਬੋਲਾ ਕੱਢਿਆ ਫਿਰ? ਬੋਲਾ 4 ਕਿਲੋ ਜੋਇਆ ਜੀ ਦਾ। ਠੀਕ ਆ ਬਾਈ, ਕੋ ਬੱਚੇ ਨੂੰ ਜਗਾ ਦਾ ਖੋਲਿਓ ਬਾਈ, ਤੋਰ ਕੇ ਦਿਖਾ ਦੋ। ਆਰਡਰ ਕਮਾਲ ਦਾ, ਸੋਹਣਾ ਆਰਡਰ ਕਰਨ ਵਾਲੀ ਫਿਟਿੰਗ ਵਾਲਾ ਲੇਵਾ ਜੀ। ਫਿਟਿੰਗ ਵਾਲਾ ਲੇਵਾ, ਲੇਵਾ ਕਮਾਲ ਦਾ, ਕੱਲਾ ਕੱਲਾ ਥਣ ਮੁੱਠੀ ਆ। ਕੋਈ ਗੱਲ ਠੰਡੀ ਸੀ ਲਾ, ਜਿੰਨ ਮਰਜ਼ੀ ਹੱਥ ਲਈ ਲੋ, ਜਿਵੇਂ ਪਹਿਲਾਂ ਕੋਲ ਹੋਣਾ ਠੀਕ ਰਹੇ, ਕੋਈ ਚੱਕਰ ਨਹੀਂ, ਕਹਿੰਦੀ ਕੁਛ ਨਹੀਂ ਕਰਮਾ, ਕੋਈ ਨਿਆਣੇ ਦੀ ਔਲ ਖੋਲ ਨਹੀਂ ਕਰਦੀ। ਠੀਕ ਆ, ਕਹਿੰਦੀ ਕਰਮਾ ਵਾਲੀ ਕੁਛ ਨਹੀਂ। ਫੇਸ ਬੜਾ ਚੰਗਾ, ਕੱਦ ਬਿੱਡ ਚੰਗਾ, ਰੰਗ ਰੂਪ ਚੰਗਾ, ਤੂਰਾ ਤਾਰਾ ਵੀ ਕਰਮਾ ਵਾਲੀ ਦਾ ਚੰਗਾ ਗਾ ਬਾਈ। ਕਿੰਨਾ ਕੁ ਦੁੱਧ ਦੇ ਦੂ ਵਾਸਤੇ? ਦੁੱਧ ਡਾਕਟਰ ਸਾਹਿਬ 14 ਤੋਂ 15 ਦੇ ਦੂ ਜੀ। ਠੀਕ ਆ ਬਾਈ, ਹਾਂਜੀ। ਤੇ ਮੁੱਲ ਕੀ ਰੱਖਿਆ? ਮੁੱਲ ਡਾਕਟਰ ਸਾਹਿਬ ਉਹ ਲੋਕਾਂ ਵਾਲਾ ਤਾਂ ਆਪਾਂ ਕਰਨਾ ਨੀ, ਤੁਹਾਨੂੰ ਪਤਾ ਹੀ ਹੈ। ਠੀਕ ਹੈ ਨਾ? ਠੀਕ ਆ, ਆਪਣਾ ਪਸ਼ੂ ਉਹਦੀ ਵਿਕ ਜਾਂਦਾ ਜਦੋਂ ਵੀਡੀਓ ਪਾਤੀ। ਐ ਦੇਖ ਲਓ, ਜਿਵੇਂ ਮਰਜ਼ੀ ਲਾਈ ਹੋ ਨਾ, ਐ ਪਹਿਲਾਂ ਵਾਲੀ ਤਾਂ ਗੱਲ ਹੀ ਹੈ ਨੀ। ਗਲੀ ਦੇ ਵਿਚਾਲੇ ਖੜਾ ਲਈ, ਰੱਸਾ ਵੀ ਛੱਡਤਾ ਤੌਣ ਤੇ, ਮੌਜ ਨਾ ਬਹਿ ਜਾ, ਕਹਿੰਦੀ ਕਰਮ ਵਾਲੀ ਕੁਛ ਨੀ, ਮਰਜ਼ੀ ਫਿਰ ਜਿਵੇਂ ਮਰਜ਼ੀ ਹੱਥ ਲਾਈ ਚੱਲ, ਜਿਵੇਂ ਮਰਜ਼ੀ ਬਾਈ ਕਹਿੰਦਾ ਚਵਾਈ ਕਰੀ ਚੱਲ। ਚਵਾਈ ਕਿਵੇਂ ਆ ਬਾਈ? ਚਵਾਈ ਤਾਂ ਡਾਕਟਰ ਕਾਹਨੂੰ ਗੱਲਾਂ ਕਰਦਾ, ਇੱਕ ਨੰਬਰ ਹੀ ਆ। ਮੈਂ ਕਿਹਾ 110% ਆ, 110% ਆ, ਚੰਗੀ ਆ ਬਾਈ, ਬੈਡ ਤੋਂ ਠੰਡੀ ਜਿੰਨੀ ਕਹਿ ਦੋ ਜੀ ਉਨੀ। ਠੀਕ ਆ ਬਾਈ, ਆਰਡਰ ਕਮਾਲ ਦਾ, ਮੁੱਠੀ ਵਾਲਾ ਥਣ, ਚਵਾਈ ਚਵਾਈ ਬਾਈ ਕਹਿੰਦਾ ਚੰਗੀ ਆ। ਮੁੱਲ ਕਿੰਨਾ ਸੀ ਬਾਈ? ਮੁੱਲ ਡਾਕਟਰ ਸਾਹਿਬ ਦਾ 50 ਨਹੀਂ ਕਰਨਾ, ਕੋਈ ਕੋਈ 55 ਨਹੀਂ ਕਰਨਾ, ਬਸ 48,000 ਦੀ ਦੇਣੀ ਹੈ ਜੀ। ਠੀਕ ਆ ਬਾਈ, ਹਾਂ। ਮੇਰਾ ਵੀਰ ਆਏ ਨਾ ਕੋਈ ਕਹੇ ਬਈ ਯਾਰ ਬਈ ਹੁਣ ਤੂੰ 42 ਲੈ ਲਾ, 45 ਲੈ ਲਾ, ਐਵੇਂ ਵਾਲਾ ਬੰਦਾ ਆਪਾਂ ਨੂੰ ਭਾਵੇਂ ਫੋਨ ਵੀ ਨਾ ਕਰੇ। ਮੁੱਲ ਬਾਈ ਕਹਿੰਦਾ ਆਪਣਾ ਜਾਇਜ਼ ਹੁੰਦਾ ਕਰਾ ਲਓ, 48,000 ਦੀ ਬੈਡ ਦੇ ਦਾਂਗੇ, ਥਣ ਲੇਵਾ ਬਹੁਤ ਚੰਗਾ, ਮੂਹਰੋਂ ਮੇਰੇ ਤੋਂ ਦਿਖਾ ਦੇ ਡਾਕਟਰ, ਐ ਨਹੀਂ ਕੋਈ ਗੱਲ ਜਿਵੇਂ ਪਹਿਲਣਾ ਗਿੱਠ ਲੇਵਾ ਮੂਹਰੋਂ ਆਣਾ। ਵਾਹ, ਮੈਂ ਆ ਦੇਖੋ ਗਿੱਠ ਮੂਹਰੇ ਆ ਤੇ ਉਨਾ ਹੀ ਪਿੱਛੇ ਆ, ਉਨਾ ਹੀ ਪਿੱਛੇ ਆ, ਕਿ ਐ ਨਹੀਂ ਇਹਨੂੰ ਕੋਈ ਬਈ ਮੰਨ ਕੇ ਚੱਲੋ ਵੀ ਦੂਜੇ ਪਾਸੇ ਦੀ ਨਹੀਂ ਬੈਠਣ ਦਿੰਦੀ, ਜਿੱਧਰ ਦੀ ਮਰਜ਼ੀ ਬਹਿ ਜਾ। ਕੀ ਬਾਤ ਆ, ਕੋਈ ਚੱਕਰ ਨਹੀਂ, ਜਿੱਧਰ ਦੀ ਮਰਜ਼ੀ ਬਹਿ ਜਾ, ਮੁੱਲ ਜਮਾ ਜਾਇਜ਼ਾ 48,000 ਮਾਨ ਤਣ ਮੌਕੇ ਤੇ ਹੋ ਜਾਣਾ ਵੀਰੇ। ਅੱਗੇ ਭਰਾ 2 ਨੰਬਰ, ਕਿਹੜਾ ਸੂਆ ਸੁਣਦੀ ਹੈ? ਇਹ ਵੀ ਪਲੂਨ ਵੱਛੀ ਸੁਣਦੀ ਹੈ ਜੀ। ਕਿੰਨੇ ਦਿਨ ਲੈਂਦੀ ਹੈ? ਇਹ ਲੈ ਜੂਗੀ ਹਫਤਾ। ਹਫਤਾ ਲੈ ਜੂ, ਕੀ ਰਿਕਾਰਡ ਆ ਦੁੱਧ ਦਾ ਬਾਈ? ਦੁੱਧ ਡਾਕਟਰ ਸਾਹਿਬ ਮੰਨ ਕੇ ਚੱਲੋ ਜੀ, ਮੈਨੂੰ ਲੱਗਦਾ ਇਹਦੇ ਜਿਹੜੇ ਹਿਸਾਬ ਨਾਲ ਚੈਨ ਚੱਕਰ ਆ ਵੀ ਦੁੱਧ 16-17 ਕਿਲੋ ਪਾ ਦੂ। ਆਰਡਰ ਕਮਾਲ, ਆਰਡਰ ਤਾਂ ਬੜਾ ਸੋਹਣਾ ਕੱਢਣਾ ਜੀ। ਕੱਲਾ ਕੱਲਾ ਦੇਖੋ, ਦੇਖਿਆ ਢਿੱਲਾ, ਦੇਖਿਆ ਦੇਖੋ ਜੀ, ਨਾਲੇ ਤੇ ਨਾਲੇ ਲੇਵਾ ਦੇਖੋ ਕਿੰਨਾ ਫਿਟਿੰਗ ਵਾਲਾ ਤੇ ਸਾਫ ਸੁਥਰਾ ਕੱਢੂਗੀ। ਖੋਲਿਓ ਬਾਈ ਤੋਰੇ, ਜਾਨ ਪ੍ਰਾਣ ਚਮਕ ਦਮਕ ਬਹੁਤ ਜ਼ਿਆਦਾ। ਸਹੀ ਗੱਲ ਆ ਬਾਈ, ਜਾਨ ਪ੍ਰਾਣ ਸਹੀ ਗੱਲ ਆ, ਫੁੱਲ ਆ, ਫੇਸ ਬੜਾ ਕਮਾਲ ਦਾ, ਕਲਰ ਬਹੁਤ ਚੰਗਾ, ਬੈਠ ਕਲਰ ਤਾਂ ਬੜਾ ਚੰਗਾ, ਕਲਰ ਬਹੁਤ ਚੰਗਾ, ਤੋਰਾ ਤਾਰਾ ਕਮਾਲ ਦਾ, ਕੱਚੀ ਕੱਚੀ ਆ ਬਾਈ, ਦਿਨ ਹਜੇ ਲੈਂਦੀ ਆ, ਉਹਦੇ ਨੂੰ ਆਰਡਰ ਆ ਜਿਹੜਾ ਇੰਨੇ ਕਮਾਲ ਦਾ ਤਿਆਰ ਕਰਨਾ। ਤੋਰਾ ਦੇਖੋ ਬੈਠਦਾ ਬਾਈ, ਠੰਡੀ ਫੁੱਲ ਆ, ਜਿਵੇਂ ਮਰਜ਼ੀ ਆ, ਜਿਵੇਂ ਮਰਜ਼ੀ ਡਾਕਟਰ, ਮੈਂ ਤੁਹਾਨੂੰ ਹੱਥ ਫੇਰ ਕੇ ਦਿਖਾ ਦਿੰਦਾ ਬਾਈ। ਉਹ ਨਹੀਂ ਆਪਣਾ ਗਰਮ ਹੋਣਾ ਹੋਊਗਾ, ਕੋਈ ਵੀ ਡੰਗਰ ਆਪਣਾ ਗਰਮ ਨਾ ਹੋਊਗਾ। ਠੀਕ ਆ ਬਾਈ, ਨਾ ਹੀ ਵੀਰੇ ਗਰਮ ਵਿਕੇ, ਨਾ ਹੀ ਆਪਾਂ ਗਰਮ ਲਈ। ਸਹੀ ਗੱਲ ਆ ਬਾਈ, ਲੈ ਬਾਈ, ਜਿਵੇਂ ਮਰਜ਼ੀ, ਜਿਵੇਂ ਪਲੂਨ ਬੱਚੀਆਂ ਨਾ ਆਪਣੇ ਕੋਲੇ, ਐਂ ਨਹੀਂ ਵੀ ਕੋਈ ਲੱਤ ਮਾਰ ਜੂ ਨਾ। ਸਹੀ ਗੱਲ ਆ ਬਾਈ, ਠੰਡੀ ਤਾਂ ਲੈ, ਇੰਨੀ ਕਾ ਰੱਸਾ ਵੀ ਲੈ ਬਾਈ ਨੇ ਧੌਣ ਤੇ, ਕੋਈ ਚੱਕਰ ਨਹੀਂ, ਜਿਵੇਂ ਮਰਜ਼ੀ ਬੈਠਾ ਰਹੇ, ਕਈ ਕਰਮ ਵਾਲੀ ਕੁਛ ਨੀ, ਲੈ ਫਿਟਿੰਗ ਵਾਲਾ ਲੇਵਾ ਕੱਢੂਗੀ, ਐ ਨੀ ਕੋਈ ਗੱਲ। ਸਹੀ ਗੱਲ ਆ ਬਾਈ, ਥਣ ਬਹੁਤ ਚੰਗਾ, ਥਣ ਤਾਂ ਬੜਾ ਚੰਗਾ ਡਾਕਟਰ, ਮੁੱਠੀ ਵਾਲਾ ਥਣ ਕੱਢਣਾ, ਕੱਚੀ ਕੱਚੀ ਆ, ਬਣੂ ਵੀ ਕਰਮ ਵਾਲੀ ਬਹੁਤ ਜ਼ਿਆਦਾ, ਤੇ ਜਾਨ ਪ੍ਰਾਣ ਤਾਂ ਤੁਹਾਨੂੰ ਦੀਂਦੇ ਹੋਈ ਕਿੰਨਾ, ਕੋਈ ਆਪਣਾ ਵੀਰਾ ਹੀ ਨਹੀਂ ਆ ਕੇ ਕਹਿ ਸਕਦਾ ਵੀ ਲੱਸੀ ਆ ਜਾਂ ਬਣੂਗੀ, ਬਹੁਤ ਸਹੀ ਗੱਲ ਆ।
ਤੇ ਕੀ ਮੁੱਲ ਆ ਬਾਈ ਇਹਦਾ? ਡਾਕਟਰ ਸਾਹਿਬ 53,000 ਦੀ ਦੇ ਦਿਆਂਗੇ ਜੀ ਬਸ, ਮਾਨ ਤਾਨ ਹੋ ਜਾਏ। ਹਾਂ ਕੋਈ ਲੋਕਾਂ ਵਾਲਾ ਕੰਮ ਨੀ, ਵੀ 60 ਮੰਗੀ ਜਾਣਾ ਜਾਂ 65 ਮੰਗੀ ਜਾਣਾ। ਠੀਕ ਆ ਬਾਈ, 53,000 ਦੀ ਦੇ ਦਿਆਂਗੇ ਜੀ ਆਪਾਂ। 53,000 ਰੁਪਇਆ ਬਾਈ ਕਹਿੰਦਾ ਮੁੱਲ ਦੇ ਦਿਆਂਗੇ 53,000 ਦੀ, ਬਾਕੀ ਫਿਰ ਵੀ ਚਲੋ ਮਾੜਾ ਮੋਟਾ ਮਾਨ ਤਾਨ ਕਰ ਦਾਂਗੇ ਜੀ, ਕਿਉਂ ਘਰੇ ਆਏ ਬੰਦੇ ਦਾ ਮਾਨ ਤਾਨ ਤਾਂ ਕਰਨਾ ਹੀ ਪੈਂਦਾ ਨਾ। ਹਾਂਜੀ ਹਾਂਜੀ, ਮਾਨ ਤਾਨ ਕਰ ਦਾਂਗੇ ਜੀ। ਠੀਕ ਆ ਬਾਈ, ਬਸ ਇੰਨਾ ਹੋ ਸਕਦਾ ਜੀ, ਠੰਡੀ ਸੀਲ ਦਾ ਕੋਈ ਅੰਤ ਨੀ। ਲੋਕ ਮਰਜ਼ੀ, ਮੈਂ ਤੁਹਾਨੂੰ ਵਾਰੀ ਵਾਰੀ ਕਹੀ ਜਾਂਦਾ, ਜਿਵੇਂ ਮਰਜ਼ੀ ਹੱਥ ਕਰੀ। ਸਹੀ ਗੱਲ ਆ ਬਾਈ, ਓਕੇ ਵੀਰੇ। ਅੱਗੇ ਵੀਰੇ 3 ਨੰਬਰ ਕਿਹੜਾ? ਦੂਸਰਾ ਸੂਆ ਡਾਕਟਰ ਸਾਹਿਬ। ਕਿੰਨੇ ਦਿਨ ਲੈਂਦੀ ਆ ਬਾਈ ਇਹ? ਲੈ ਜੂ ਜੀ, ਹਫਤੇ ਤੋਂ ਬਾਹਰ ਬਾਹਰ ਲਓ ਜੀ। ਹਫਤੇ ਤੋਂ ਬਾਹਰ? ਹਾਂ, ਠੰਡੀ ਹੈ ਵੀ, ਦੇਖੋ ਕਿੰਨੀ ਠੰਡੀ ਬਹੁਤ। ਲਓ ਥਾਨ ਦੇਖੋ ਕਿੰਨਾ ਚੰਗਾ ਗੁਲਾਬੀ ਥਾਨ ਬਾਈ, ਗੁਲਾਬੀ ਲੱਗਿਆ ਕੱਲਾ ਕੱਲਾ ਥਾਨ। ਲਓ ਥਾਨ, ਕਿਆ ਬਾਤ ਆ ਯਾਰ, ਇੰਨੀ ਢਿੱਲ ਪਈ ਆ ਜੀ। ਉਸ ਬਣਕੀ ਸੂ, ਉਸ ਬਣਕੀ ਸੂ, ਸਹੀ ਗੱਲ ਆ। ਐਵੇਂ ਐ ਨਾ ਹੋਊਗਾ, ਮਰਜ਼ੀ ਬੈਠਾ ਲੈ। ਕਿਆ ਬਾਤ ਆ, ਜਿਵੇਂ ਮਰਜ਼ੀ ਕੋਸਾ ਪਲਾਸੀ ਕਰੀ ਚੱਲੋ, ਆਪਾਂ ਬੱਚੇ ਨੂੰ ਬਿਠਾ ਦੇ ਚੋਣਾ ਐ ਨਹੀਂ ਵੀ ਖਿਲੇ ਜੂ ਬੈਠਾ। ਸਹੀ ਗੱਲ ਆ ਬਾਈ, ਠੰਡੀ ਇੰਨੀ ਕਾ, ਜਿਵੇਂ ਮਰਜ਼ੀ ਬਹਿ ਜਾ, ਕਹਿੰਦੀ ਕਰਮ ਵਾਲੀ ਕੁਛ ਨੀ। ਫੁੱਲ ਘਰ ਦਾ ਆਰਡਰ ਕਮਾਲ ਦਾ, ਗੁਲਾਬੀ ਥਣ, ਚਵਾਈ ਚੰਗੀ ਨਿਕਲੋ। ਚਵਾਈ ਦਾ ਕੋਈ ਅੰਤ ਨੀ ਡਾਕਟਰ। ਚੀਪਾ ਚੂਪਾ ਕਿਵੇਂ? ਮੈਂ ਕਿਹਾ ਯਾਰ ਚੀਪਾ ਦਾ ਕਾਹਨੂੰ ਗੱਲਾਂ ਕਰ ਲਾ, ਲੱਪਾਂ ਹੀ ਭਰਦੀ। ਓਕੇ, ਆ ਜਾ ਬਤਾ। ਰੰਗ ਰੂਪ ਚੰਗਾ, ਕੱਦ ਵੱਡ ਚੰਗਾ, ਕੱਦ ਵਾਲੀ ਡਾਕਟਰ ਸਾਹਿਬ, ਕੋਈ ਬੰਦਾ ਐ ਨਾ ਸੋਚੇ ਵੀ ਛੋਟੀ ਆ। ਸਹੀ ਗੱਲ ਆ, ਕੱਦ ਵਾਲੀ ਵੈੜ ਆ, ਫੁੱਲ ਕੱਦ ਆ, ਫੁੱਲ ਕੱਦ ਆ, ਜਿੰਨਾ ਆਪਾਂ ਨੂੰ ਕੱਦ ਚਾਹੀਦਾ ਵੀ ਉਹਨਾਂ ਕੱਦ ਆ। ਤੇ ਕੀ ਮੁੱਲ ਆ ਫਿਰ ਇਹਦਾ ਡਾਕਟਰ ਸਾਹਿਬ? ਬਸ ਲੋਕਾਂ ਦਾ ਤਾਂ ਮੈਂ ਤੁਹਾਨੂੰ ਵਾਰੀ ਵਾਰੀ, ਮੈਨੂੰ ਕਹਿਣ ਨੂੰ ਜੀ ਨੀ ਕਰਦਾ, ਲੋਕਾਂ ਦਾ ਆਪਣਾ ਮੁੱਲ ਨੀ। ਠੀਕ ਆ, ਬਸ ਇਹ 55,000 ਦੀ ਦੇ ਦਾਂਗੇ। ਦੁੱਧ ਦੇ 18 ਲੀਟਰ ਜੀ, ਇਹ ਪਿੰਡ ਦੀ ਵੈੜ ਆਪਣੇ ਪਿੰਡ ਚ ਹੀ ਲਈ ਆਪਾਂ। 55,000 ਦੀ ਬਾਈ ਕਹਿੰਦਾ ਵੈੜ ਦੇ ਦਿਆਂਗੇ ਬਾਈ। ਥਾਨ ਲੇਵਾ ਕਮਾਲ ਦਾ, ਮੂਹਰੋਂ ਦੇਖੋ ਲੇਵਾ ਦੇ, ਦਿਖਾ ਦੋ ਜੀ ਡਾਕਟਰ ਸਾਹਿਬ ਕੀ ਆ ਹਜੇ, ਉਸ ਹਿਸਾਬ ਨਾਲ ਅੰਦਾਜ਼ਾ ਜਿਹਾ ਲਾ ਲਿਓ ਬਾਈ। ਰਸਾ ਛੱਡ ਤਾਂ ਉੱਪਰ, ਹਾਂਜੀ ਬੈਠੇ ਰਹੋ। ਲੈ ਬਾਈ ਆਪਣਾ ਕੋਈ, ਮੈਂ ਤੁਹਾਨੂੰ ਵਾਰੀ ਵਾਰੀ ਕਹਿੰਦਾ ਵੀ ਆਪਣਾ ਕੋਈ ਵੀ ਡੰਗਰ ਕਮਾਲ ਐ ਨਾ ਹੋਊਗਾ। ਲੈ ਤਿੰਨ ਗਾਵਾਂ ਦਿਖਾਈਆਂ ਉੱਥੇ ਹੀ ਗੜੀ। ਹਾਂ, ਤਿੰਨ ਗਾਵਾਂ ਦਿਖਾਈਆਂ, ਤਿੰਨੇ ਹੀ ਸੇਮ ਆ, ਗਲੀ ਚ ਲਿਆ ਕੇ ਖੜਾ ਦਿੰਦਾ ਬਾਈ। ਉਹ ਜਿਹੜਾ ਮਗਰ 4 ਨੰਬਰ ਤੇ, ਉਹ ਵੀ ਇਦਾਂ ਦਾ ਜੀ। ਸਹੀ, ਫੇਸ ਬੜਾ ਚੰਗਾ ਕਰਮ ਵਾਲੀ ਦਾ, ਦੋਰਾ ਤਾਰਾ ਚੰਗਾ, ਮੁੱਲ ਵੀ ਜਾਇਜ਼ ਆ ਬਾਈ, ਮਾਨ ਤਾਨ ਵਿੱਚੋਂ ਜ਼ਰੂਰ ਹੋ ਜੂਗਾ। ਚਵਾਈ ਚ ਵੀ ਬਹੁਤ ਚੰਗੀ ਨੇ, ਚਵਾਈ ਦਾ ਕਾਹਨੂੰ ਗੱਲਾਂ ਕਰਦਾ, ਜੋ ਅਗਲਾ ਆ ਕੇ ਚੀਪਾ ਮਾਰ ਲੂ ਜੀ, ਲੱਪਾਂ ਹੀ ਭਰੂਗੀ, ਐ ਨੀ ਕੋਈ ਗੱਲ। ਸਹੀ ਗੱਲ ਆ ਬਾਈ। ਅੱਗੇ ਵੀਰੇ 4 ਨੰਬਰ, ਕਿਹੜੀ ਬਰੀਡ ਆ ਇਹ? ਇਹ ਐਰ ਸ਼ਹਿਰ ਹੈ ਜੀ, ਐਰ ਸ਼ਹਿਰ ਹੈ। ਹਾਂਜੀ, ਮੰਗ ਬਹੁਤ ਹੈ ਇਹਦੀ, ਹਨਾ। ਹਾਂ, ਇਹਦਾ ਫੇਸ ਦੇਖੋ ਸੀ, ਪਹਿਲਾਂ ਮੈਂ ਤੁਹਾਨੂੰ ਠੰਡੀ ਦਿਖਾ ਦਿੰਦੇ ਕਿੰਨੀ ਆ। ਦੇਖੋ ਠੰਡੀ ਸੀ, ਜਿਵੇਂ ਮਰਜ਼ੀ ਹੱਥ ਫੇਰੀ ਚੱਲ, ਕੋਈ ਥਾਣਾ ਗਲਾਸਾਂ ਵਾਂਗੇ ਕੱਢਣੇ ਨੇ ਗੁਲਾਬੀ। ਅੱਛਾ, ਕਾਹਨੂੰ ਗੱਲਾਂ ਕਰਦੇ, ਕਿਆ ਬਾਤ ਆ। ਲੈ ਝੋਲੀ ਦੇਖੋ, ਫੀਟਿੰਗ ਵਾਲਾ ਲੇਵਾ ਕਰਨਾ, ਫੀਟਿੰਗ ਵਾਲਾ ਲੇਵਾ, ਮੁੱਠੀ ਵਾਲਾ ਥਾਣਾ, ਹਨਾ। ਦੇਖੋ ਜੀ, ਲੈ ਕਿਆ ਬਾਤ ਆ, ਕੱਚੀ ਕੱਚੀ ਆ, ਕੱਚੀ ਕੱਚੀ ਆ ਜੀ। ਖੋਲਿਓ ਬਾਈ, ਤੋਰਿਓ, ਥਾਣ ਬਹੁਤ ਚੰਗਾ ਲੱਗਿਆ, ਹਜੇ ਕੱਚੀ ਆ, ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ, ਬਣੂਗੀ ਬਹੁਤ ਬਾਈ। 6 ਦਾ ਡਾਕਟਰ ਸਾਹਿਬ, 6 ਦਾ ਮੂੰਹ ਦੇਖੋ ਜੀ, ਲੈ ਫੇਸ ਬੜਾ ਤੇਰਾ। ਇੱਕ ਤਾਂ ਵਿੱਚ ਲੋਕ ਵੀ ਕ੍ਰੋਸ ਨੂੰ ਕਹੀ ਜਾਂਦੇ, ਤਾਂ ਐਰ ਸ਼ਹਿਰ ਹੈ ਜੀ, ਐਰ ਸ਼ਹਿਰ ਹੈ, ਉਹ ਚੀਜ਼ ਨਹੀਂ। ਸਹੀ ਗੱਲ, ਤੇ ਕੁਆਲਿਟੀ ਤਾਂ ਕੁਆਲਿਟੀ ਰਹਿੰਦੀ ਹੈ, ਬਰੀਡ ਇੰਨੀ ਕਿ ਚੰਗੀ ਆ ਵੀ ਮਿਲਦੀ ਬਹੁਤ ਘੱਟ ਆ ਬਾਈ, ਹਨਾ, ਤੇ ਤਾਂ ਵੀ ਢੱਲੀ ਪਈ ਆਉਂਦੀ ਆ, ਤੇ ਮੰਗ ਬਹੁਤ ਜ਼ਿਆਦੇ ਆ ਜੀ, ਕੱਚੀ ਕੱਚੀ ਆ, ਬਣੂਗੀ ਬਹੁਤ, ਢਿੱਲਾਂ ਬਹੁਤ ਪਈਆਂ, ਤੋਰਾ ਤਾਰਾ ਕਮਾਲ ਦਾ, ਰੰਗ ਰੂਪ ਬੜਾ ਚੰਗਾ ਕਰਮ, ਰੰਗ ਰੂਪ ਦਾ ਤਾਂ ਕੋਈ ਚੱਕਰ ਹੀ ਨੀ ਜੀ। ਕਿੰਨਾ ਕੁ ਦੁੱਧ ਦੇ ਦੋ? ਦੁੱਧ ਜੀ 18 ਲੀਟਰ ਦੀ ਆਪਣੀ ਗਰੰਟੀ ਹੋ। ਅੱਛਾ, ਹਾਂਜੀ, ਜਿਵੇਂ ਮਰਜ਼ੀ ਬਹਿ ਜਾ, ਰੱਸਾ ਸਿਰ ਤਾਂ ਤਾਂ ਮੈਂ ਤੁਹਾਨੂੰ ਵਾਰੀ ਵਾਰੀ ਕਹੀ ਜਾਣਾ ਵੀ ਕੋਈ ਵੀ ਆਪਣਾ ਡੰਗਰ ਹੈ, ਐ ਨਾ ਹੋਊਗਾ ਵੀ ਲੱਤ ਚੱਕ ਜੂ, ਥੱਲੇ ਦੀ ਲੰਘ ਜੇ ਜਵਾਬ। ਕਿਆ ਬਾਤ ਆ, ਜਿਵੇਂ ਮਰਜ਼ੀ ਬੈਠਾ ਰਹਿ ਲੈ, ਜਿਵੇਂ ਮਰਜ਼ੀ ਹੱਥ ਲਾਈ ਚੱਲ, ਕੋਈ ਚੱਕਰ ਨੀ, ਕਹਿੰਦੀ ਕਰਮ ਵਾਲੀ ਕੁਛ ਨੀ, ਬਸ ਕੱਚੀ ਕੱਚੀ ਆ ਬਾਈ, ਬਰੀਡ ਇੰਨੀ ਕੁ ਚੰਗੀ ਵੀ ਮਿਲਦੀ ਬਹੁਤ ਘੱਟ ਆ ਗਈ, ਮੁੱਲ ਕੀ ਦਾ ਜਾਇਜ਼। ਫੇਸ ਦਿਖਾ ਦੋ ਜੀ ਮਾੜਾ ਜਿਹਾ, ਫੇਸ ਬੜਾ ਚੰਗਾ ਯਾਰ, ਕਮਾਲ ਆ, ਫਰੰਟ ਬਹੁਤ ਚੰਗਾ ਬੈਠਦਾ, ਹਨਾ, ਬਾਹਲਾ ਚੰਗਾ ਜੀ, ਕੱਲਾ ਕੱਲਾ ਅੰਗ ਲੱਗਿਆ ਵਾ,
ਐ ਨੀ ਗੱਲ ਵੀ ਅੰਗ ਨਾ ਹੋਊਗਾ ਇਹਦਾ 856,000 ਰੁਪਇਆ ਲੈ ਲਾਂਗੇ ਜੀ ਮਾਨ ਤਾਨ ਹੋ ਜਾਏ ਹਾਂਜੀ ਮਾਨ ਤਾਨ ਕਰ ਦਿਆਂਗੇ 56,000 ਰੁਪਇਆ ਬਾਈ ਕਹਿੰਦਾ ਮੁੱਲ ਆ ਵਿੱਚੋਂ ਮਾਨ ਤਾਨ ਜ਼ਰੂਰ ਹੋ ਜਾਏਗਾ ਮਗ ਸੀਗੇ ਭਰਾ ਕੋਲੇ ਚਾਰ ਚਾਰੀ ਦਿਖਾਤੇ ਤਿੰਨ ਇਹ ਗੱਭਣਾ ਨੇ ਬਾਈ ਤੇ ਇੱਕ ਤਾਜ਼ੀ ਸੂਈ ਆ ਚਾਰੀ ਬਾਈ ਠੰਡੀਆਂ ਸੀਲ ਆ ਮੌਜ ਨਾਲ ਬਾਈ ਨੇ ਬਹਿ ਕੇ ਦਿਖਾਤਾ ਕੋਈ ਚੱਕਰ ਨੀ ਕਹਿੰਦੀਆਂ ਗਰਮ ਵਾਲੀਆਂ ਕੁਛ ਨੀ ਥਾਣ ਬਹੁਤ ਚੰਗੇ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਗਾ ਤੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਬਾਈ।